ਗੁੱਡ ਆਫਟਰਨੂਨ ਟੂ ਆਲ। ਹਾਂਜੀ, ਅੱਜ ਜੋ ਅਸੀਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆ ਰਹੇ ਹਾਂ ਉਹ ਹੈ ਇੱਕ ਇੰਪੋਰਟੈਂਟ ਅਪਡੇਟ, ਲਾਈਕ ਯੂ ਕੈਨ ਸੇ ਇੱਕ ਇੰਪੋਰਟੈਂਟ ਬ੍ਰੇਕਿੰਗ ਨਿਊਜ਼। ਅਸੀਂ ਰਿਗਾਰਡਿੰਗ ਆਇਲਸ ਇਗਜ਼ਾਮ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਇਗਜ਼ਾਮ ਹੈਗਾ ਉਹ ਕੈਂਸਲ ਹੋਇਆ, ਰੀਸ਼ਡਿਊਲਡ ਹੋਇਆ, ਕੀ ਹੋਇਆ, ਅਤੇ ਜਿਹੜੇ ਕਿਊ ਕਾਰਡਸ ਨੇ ਲਾਈਕ ਜਿਹੜੇ ਮਈ ਤੋਂ ਅਗਸਤ ਦੇ ਵਿੱਚ ਆਉਣੇ ਆ ਉਹਨਾਂ ਬਾਰੇ ਕੀ ਵਿਚਾਰ ਆ, ਕਿਹੜੇ ਕਿਹੜੇ ਕਿਊ ਕਾਰਡਸ ਆਉਣਗੇ, ਉਹ ਸਾਰਾ ਕੁਛ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ। ਇਸ ਕਰਕੇ ਪਲੀਜ਼ ਅਸੀਂ ਰਿਕੁਐਸਟ ਕਰਦੇ ਹਾਂ ਕਿ ਇਹ ਵੀਡੀਓ ਨੂੰ ਤੁਸੀਂ ਸਕਿੱਪ ਨਾ ਕਰਿਓ, ਲਾਈਕ ਇਹ ਜਿਹੜੀ ਵੀਡੀਓ ਤੁਸੀਂ ਪੂਰੀ ਦੇਖਿਓ ਟਿਲ ਐਂਡ ਤੱਕ, ਕਿਉਂਕਿ ਇਹ ਜਿਹੜੀ ਅਸੀਂ ਬ੍ਰੇਕਿੰਗ ਨਿਊਜ਼ ਤੁਹਾਨੂੰ ਦੇਣਾ ਚਾਹੁੰਦੇ ਹਾਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਹਰ ਇੱਕ ਆਇਲਸ ਕੈਂਡੀਡੇਟ ਵਾਸਤੇ ਜਿਨ੍ਹਾਂ ਨੇ ਇਗਜ਼ਾਮ ਦੇਣਾ, ਜਿਨ੍ਹਾਂ ਨੇ ਇਗਜ਼ਾਮ ਭਰਿਆ ਔਰ ਜੋ ਇਗਜ਼ਾਮ ਭਰਨਾ ਚਾਹੁੰਦੇ ਆ ਅੱਗੇ। ਸੋ ਸਭ ਨੂੰ ਰਿਕੁਐਸਟ ਹੈ ਕਿ ਇਹ ਵੀਡੀਓ ਪੂਰੀ ਐਂਡ ਤੱਕ ਦੇਖਿਓ, ਕਿਉਂਕਿ ਇਹ ਜੋ ਅਸੀਂ ਅਪਡੇਟ ਤੁਹਾਨੂੰ ਬ੍ਰੇਕਿੰਗ ਨਿਊਜ਼ ਅਸੀਂ ਦੇਣਾ ਚਾਹੁੰਦੇ ਹਾਂ ਉਹ ਤੁਹਾਡੇ ਲਈ ਹੈ, ਜੋ ਵੀ ਅਸੀਂ ਐਫਰਟ ਕਰ ਰਹੇ ਹਾਂ ਉਹ ਤੁਹਾਡੇ ਲਈ ਹੀ ਕਰ ਰਹੇ ਹਾਂ। ਸੋ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ, ਕਿਉਂਕਿ ਸਬਸਕ੍ਰਾਈਬ ਕਰਨ ਦੇ ਵਿੱਚ ਕੋਈ ਪੈਸੇ ਨਹੀਂ ਲੱਗਦੇ, ਇਟ ਇਜ਼ ਫ੍ਰੀ ਆਫ ਕੋਸਟ ਟੂ ਸਬਸਕ੍ਰਾਈਬ ਐਂਡ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ, ਕਿਉਂਕਿ ਸਾਡੇ ਚੈਨਲ 'ਤੇ ਤੁਹਾਨੂੰ ਸਭ ਤੋਂ ਵਧੀਆ ਔਰ ਸਭ ਤੋਂ ਪਹਿਲਾਂ ਨਿਊਜ਼ ਮਿਲਦੀ ਆ ਕੋਈ ਵੀ ਨਿਊਜ਼ ਹੁੰਦੀ ਹੈ ਤਾਂ। ਸੋ ਹੁਣ ਆਪਾਂ ਟਾਈਮ ਜ਼ਿਆਦਾ ਨਾ ਵੇਸਟ ਕਰਦੇ ਹੋਏ ਅੱਜ ਦਾ ਜੋ ਬ੍ਰੇਕਿੰਗ ਨਿਊਜ਼ ਆ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ। ਲਾਈਕ ਤੁਹਾਨੂੰ ਪਤਾ ਹੀ ਹੈ ਲੋਕਡਾਊਨ ਕਰਕੇ ਜਿਹੜੇ ਸਾਰੇ ਇਗਜ਼ਾਮਸ ਨੇ ਉਹ ਮਈ ਦਾ ਜਿਹੜਾ ਇਗਜ਼ਾਮ, ਮਾਰਚ ਦਾ ਜਿਹੜਾ ਇਗਜ਼ਾਮ ਸੀ 21st ਦਾ, ਉਹ ਵੀ ਕੈਂਸਲ ਹੋ ਚੁੱਕਾ। ਔਰ ਬ੍ਰੇਕਿੰਗ ਨਿਊਜ਼ ਅੱਜ ਦੀ ਇਹ ਹੈ ਕਿ ਜਿਹੜੇ ਅਪ੍ਰੈਲ ਦੇ ਵਿੱਚ ਇਗਜ਼ਾਮ ਹੋਣੇ ਸੀ ਆਇਲਸ ਦੇ ਉਹ ਵੀ ਕੈਂਸਲ ਕਰ ਦਿੱਤੇ ਗਏ ਨੇ, ਕਿਉਂਕਿ ਜਿਹੜਾ ਇਹ ਕਰੋਨਾ ਵਾਇਰਸ ਆ ਇਹਦਾ ਜਿਹੜਾ ਇਫੈਕਟ ਆ ਬਹੁਤ ਜ਼ਿਆਦਾ ਪੈ ਰਿਹਾ ਔਰ ਕੋਈ ਪਤਾ ਨਹੀਂ ਕਿ ਕਦੋਂ ਤੱਕ ਇਹ ਲੋਕਡਾਊਨ ਹੋਰ ਚੱਲੂਗਾ। ਬਟ ਹਜੇ ਓਫੀਸ਼ੀਅਲੀ ਆਪਣੇ ਕੋਲ ਕੋਈ ਮੈਸੇਜ ਨਹੀਂ ਆਇਆ ਹੈਗਾ ਕਿ ਇਹ ਲੋਕਡਾਊਨ ਮਈ ਤੱਕ ਚੱਲੂ, ਜੂਨ ਤੱਕ ਚੱਲੂ, ਹਜੇ ਕੁਛ ਨਹੀਂ ਪਤਾ ਲੱਗਿਆ। ਬਟ ਇਹ ਪਤਾ ਲੱਗਾ ਕਿ ਜਿਹੜੇ ਅਪ੍ਰੈਲ ਮੰਥ ਦੇ ਇਗਜ਼ਾਮ ਹੋਣੇ ਸੀ ਉਹ ਸਾਰੇ ਕੈਂਸਲ ਕਰ ਦਿੱਤੇ ਗਏ ਨੇ। ਜਿਹੜੇ ਬੀ ਸੀ ਵਾਲੇ ਨੇ ਸਾਰੇ ਇਗਜ਼ਾਮ ਕੈਂਸਲ ਕਰ ਦਿੱਤੇ, ਬਟ ਜਿਹੜੇ IDP ਵਾਲੇ ਆ ਉਹਨਾਂ ਨੇ ਹਜੇ ਸਾਈਨ ਨਹੀਂ ਕੀਤੇ ਹੈਗੇ। ਸੋ ਹੋਪ ਸੋ ਇੱਕ ਦੋ ਦਿਨਾਂ ਤੱਕ ਕਨਫਰਮੇਸ਼ਨ ਹੋ ਜੂਗੀ ਕਿ ਕੈਂਸਲ ਹੈ ਕਿ ਨਹੀਂ, ਬਟ 90% ਚਾਂਸਿਸ ਇਹ ਆ ਕਿ ਕੈਂਸਲ ਹੀ ਹੋ ਗਏ ਨੇ ਅਪ੍ਰੈਲ ਮੰਥ ਦੇ ਵਿੱਚ। ਹੁਣ ਜਿਹੜੇ ਇਗਜ਼ਾਮ ਹੋਣਗੇ ਅਪ੍ਰੈਲ ਮੰਥ ਦੇ, ਜਾਂ ਜਿਨ੍ਹਾਂ ਬੱਚਿਆਂ ਨੇ ਇਗਜ਼ਾਮ ਫਿਲ ਕੀਤਾ 21st ਮਾਰਚ ਜਾਂ ਅਪ੍ਰੈਲ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਇਗਜ਼ਾਮ ਫਿਲ ਕੀਤੇ ਨੇ ਉਹ ਨੈਕਸਟ ਚਲ ਜਾਣਗੇ ਨੈਕਸਟ ਮੰਥ ਦੇ ਵਿੱਚ, ਬਟ ਹਜੇ ਪ੍ਰੋਪਰਲੀ ਉਹਨਾਂ ਨੇ ਡੇਟ ਮੈਨਸ਼ਨ ਨਹੀਂ ਕੀਤੀ। ਜਦੋਂ ਵੀ ਸਾਨੂੰ ਡੇਟ ਪਤਾ ਚੱਲੂਗੀ ਪੂਰੀ, ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ। ਕੋਈ ਵੀ ਸਾਨੂੰ ਨਿਊਜ਼ ਮਿਲੂਗੀ ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ। ਅਤੇ ਇਸ ਕਰਕੇ ਪਲੀਜ਼ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਅਤੇ ਜੇ ਆਪਾਂ ਹੁਣ ਗੱਲ ਕਰਦੇ ਹਾਂ ਕਿਊ ਕਾਰਡਸ ਬਾਰੇ, ਤਾਂ ਕਿਊ ਕਾਰਡਸ ਦੀ ਹਜੇ ਵੀਡੀਓ ਤੁਹਾਡੇ ਸਾਹਮਣੇ ਅਸੀਂ ਵੀਡੀਓ ਅਪਲੋਡ ਕਰਾਂਗੇ ਥੋੜ੍ਹੇ ਟਾਈਮ ਤੱਕ। ਸੋ ਇਹ ਵੀਡੀਓ ਵੀ ਤੁਸੀਂ ਧਿਆਨ ਨਾਲ ਦੇਖਿਓ ਕਿਹੜੇ ਕਿਹੜੇ ਕਿਊ ਕਾਰਡਸ ਆ ਸਕਦੇ ਨੇ, ਔਰ ਕੁਛ ਪੁਰਾਣੇ ਕਿਊ ਕਾਰਡਸ ਵੀ ਕਰੀਓ, ਉਹ ਵੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਹੜੇ ਕਿਹੜੇ ਕਿਊ ਕਾਰਡ ਤੁਸੀਂ ਧਿਆਨ ਦੇ ਵਿੱਚ ਰੱਖਣੇ ਨੇ ਜਿਹੜੇ ਹੈਲਪਫੁਲ ਹੋਣਗੇ ਤੁਹਾਡੇ ਇਗਜ਼ਾਮ ਦੇ ਵਿੱਚ। ਸੋ ਆਪਣੀ ਪ੍ਰੈਕਟਿਸ ਕਰਨਾ ਨਾ ਛੱਡਿਓ। ਮੈਂ ਇਹੀ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਤੁਸੀਂ ਟੈਨਸ਼ਨ ਨਹੀਂ ਲੈਣੀ, ਪੈਨਿਕ ਨਹੀਂ ਹੋਣਾ ਕਿਸੇ ਚੀਜ਼ ਬਾਰੇ, ਕੁਛ ਸੋਚਣਾ ਨਹੀਂ ਹੈਗਾ ਨੈਗੇਟਿਵ। ਸੋ ਇਹ ਜਿਹੜੇ ਇਗਜ਼ਾਮ ਬੱਚਿਆਂ ਨੇ ਫਿਲ ਕੀਤੇ ਨੇ ਉਹ ਤੁਹਾਡੇ ਜਲਦੀ ਹੀ ਹੋਣਗੇ। ਜਦੋਂ ਵੀ ਸਾਨੂੰ ਕੋਈ ਅਪਡੇਟ ਮਿਲੀ, ਸਾਨੂੰ ਕੋਈ ਨਿਊਜ਼ ਮਿਲੀ ਕਿ ਇਗਜ਼ਾਮ ਦੀ ਡੇਟਸ ਕਦੋਂ ਕਦੋਂ ਨੇ, ਤਾਂ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਪਲੀਜ਼ ਸਭ ਨੂੰ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ, ਅਤੇ ਅਸੀਂ ਇਸੇ ਤਰ੍ਹਾਂ ਜਦੋਂ ਵੀ ਸਾਨੂੰ ਕੋਈ ਨਿਊਜ਼ ਮਿਲੂਗੀ ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ। ਔਰ ਜੇ ਤਾਂ ਸਾਡੀ ਵੀਡੀਓਜ਼ ਨੂੰ ਤੁਸੀਂ ਧਿਆਨ ਦੇ ਨਾਲ ਦੇਖਿਓ ਜੋ ਵੀ ਅਸੀਂ ਤੁਹਾਨੂੰ ਨਿਊਜ਼ ਦਿੰਦੇ ਹਾਂ, ਔਰ ਜੇ ਕਿਸੇ ਬੱਚੇ ਨੂੰ ਕੋਈ ਰਾਈਟਿੰਗ ਦੇ ਵਿੱਚ ਪ੍ਰੋਬਲਮ ਆ, ਕੋਈ ਕਿਊ ਕਾਰਡ ਦੇ ਵਿੱਚ ਪ੍ਰੋਬਲਮ ਆ, ਤਾਂ ਅਸੀਂ ਉਹ ਵੀ ਤੁਹਾਡੇ ਸਾਹਮਣੇ ਅਪਲੋਡ ਕੀਤੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਸਾਡੇ ਵੀਡੀਓਜ਼ ਨੂੰ ਧਿਆਨ ਦੇ ਨਾਲ, ਜੋ ਬੈਨੀਫਿਸ਼ੀਅਲ ਨੇ ਤੁਹਾਡੇ ਇਗਜ਼ਾਮ ਦੇ ਲਈ। ਔਰ ਜਿਹੜੀ ਕਿਊ ਕਾਰਡਸ ਦੀ ਵੀਡੀਓ ਉਹ ਵੀ ਤੁਹਾਡੇ ਨਾਲ ਅਸੀਂ ਜਲਦੀ ਹੀ ਸ਼ੇਅਰ ਕਰਾਂਗੇ। ਸੋ ਅਸੀਂ ਹੁਣ ਦੁਬਾਰਾ ਫਿਰ ਇਹੀ ਗੱਲ ਦੱਸਦੇ ਹਾਂ ਕਿ ਜਿਹੜੇ ਅਪ੍ਰੈਲ ਮੰਥ ਦੇ ਇਗਜ਼ਾਮ ਸੀ ਉਹ ਸਾਰੇ ਕੈਂਸਲ ਕਰ ਦਿੱਤੇ ਗਏ ਨੇ, ਔਰ ਜੋ ਵੀ ਨਵੀਆਂ ਡੇਟਸ ਤੁਹਾਨੂੰ ਮਿਲਣਗੀਆਂ ਉਹ 20 ਅਪ੍ਰੈਲ ਤੋਂ ਬਾਅਦ ਪਤਾ ਲੱਗਣਗੀਆਂ, ਕਿਉਂਕਿ 20 ਅਪ੍ਰੈਲ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂ ਕਿ ਇਗਜ਼ਾਮਸ ਕਦੋਂ ਹੋਣਾ, ਔਰ ਸਪੀਕਿੰਗ ਦੀਆਂ ਡੇਟਸ ਵੀ ਤੁਹਾਨੂੰ ਜਲਦੀ ਹੀ ਮਿਲ ਜਾਣਗੀਆਂ। ਸੋ ਸਬਸਕ੍ਰਾਈਬ ਮਾਈ ਚੈਨਲ, ਸ਼ੇਅਰ ਵਿਦ ਯੂਅਰ ਫਰੈਂਡਸ, ਥੈਂਕ ਯੂ।